ਚੜ ਗਈ। ਮਾੜਾ ਮੋਟਾ ਦੋ ਬੰਦ ਜਿਹੜਾ ਹੁੰਦਾ ਰਹਿੰਦਾ ਹੈਗਾ, ਰਸਤਾ ਓਪਨ ਹੋ ਜਾਂਦਾ, ਇਹੋ ਜਿਹੀ ਗੱਲ ਨਹੀਂ ਹੈਗੀ। ਰਸਤਾ ਖੁੱਲ ਜਾਂਦਾ ਘੰਟਾ ਦੋ ਘੰਟੇ ਬੰਦ ਰਹਿੰਦਾ ਹੈਗਾ, ਨਹੀਂ ਹੈਗਾ ਪਰਮਾਨੈਂਟ ਬੰਦ। ਰਸਤਾ ਖੁੱਲ੍ਹਾ ਹੈਗਾ, ਕੋਈ ਦਿੱਕਤ ਨਹੀਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਭੁਲੇਖੇ ਨਿਕਲ ਜਾਣ ਜਿਹੜੇ ਲੋਕਾਂ ਦੇ। ਦੋਸਤੋ ਬਿਲਕੁਲ ਥੱਲੇ ਦੀ ਜਾ ਰਹੀ ਹੈ ਬਸ, ਪਹਾੜ ਦੇ ਉੱਪਰ ਵੀ ਪਹਾੜ ਥੱਲੇ ਜੀ, ਪਹਾੜ ਸਾਈਡ 'ਤੇ ਵੀ ਪਹਾੜ। ਗੋਬਿੰਦਗੜ੍ਹ ਨੂੰ ਜਾਂਦੇ ਹਾਂ, ਉਹ ਰਸਤੇ ਦੇ ਵਿੱਚ ਪੈਂਦਾ ਹੈਗਾ, ਅਤੇ ਇੱਥੇ ਤੁਸੀਂ ਪ੍ਰਸ਼ਾਦਾ ਵਗੈਰਾ ਸਾਗ ਕਿਤੇ ਜਲੇਬੀਆਂ ਦਾ ਪ੍ਰਸ਼ਾਦ ਹੈ ਜਿਹੜਾ ਲੈ ਸਕਦੇ ਹੋ। ਅਤੇ ਬੱਸ ਦਾ ਸਪੈਸ਼ਲ ਇੱਥੇ ਸਟੋਪ ਹੁੰਦਾ ਹੈਗਾ, ਤੇਜ਼ੀ ਕਿਸੇ ਨੇ ਨਹੀਂ ਕਰਨੀ। ਇੱਥੇ ਆ ਕੇ ਆਪਦਾ ਲੰਗਰ ਪਾਣੀ ਛਕ ਕੇ ਫਿਰ ਅੱਗੇ ਵਧਣਾ ਹੈਗਾ, ਹੌਲੀ ਹੌਲੀ ਠੰਡੇ ਮਤੇ ਨਾਲ ਆਪਣੀ ਯਾਤਰਾ ਆਰੰਭ ਕਰਨੀ ਹੈ ਦੁਬਾਰਾ। ਬਾਕੀ ਵੀਡੀਓ ਕਿਵੇਂ ਲੱਗੀ ਉਹ ਦੱਸੋ ਕਮੈਂਟ ਕਰਕੇ, ਅਤੇ ਨਾਲ ਤੁਹਾਨੂੰ ਅਸੀਂ ਇਹੋ ਜਿਹੇ ਘੈਂਟ ਜਿਹੇ ਬਲੌਗ ਲੈ ਕੇ ਆਉਂਦੇ ਰਹਾਂਗੇ। ਜਿਹੜੇ ਵੀਰਾਂ ਨੇ ਇਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ। ਚਲੋ ਮਿਲਦੇ ਹਾਂ ਜੀ ਅਗਲੇ ਸਟੈਪ 'ਤੇ। ਦੋਸਤੋ ਦੇਖ ਸਕਦੇ ਹੋ ਤੁਸੀਂ ਪਹਾੜਾਂ ਦੀ ਉਚਾਈ, ਅਤੇ ਉਹ ਜਿਹੜੀ ਦੂਰ ਤੁਹਾਨੂੰ ਦਿਸ ਰਹੀ ਆ ਉਹ ਪੌੜੀ ਨੁਮਾ ਖੇਤੀ ਆ ਜਿਹੜੀ, ਉਹ ਇੱਧਰ ਹੁੰਦੀ ਆ। ਅਤੇ ਆਹ ਥੱਲੇ ਦੀ ਜਿਹੜੀ ਰਿਵਰ ਆ ਗੰਗਾ, ਉਹ ਲੰਘ ਰਹੀ ਆ। ਅਤੇ ਬਾਕੀ ਗੁਰਦੁਆਰੇ ਦੇ ਵਿੱਚ ਲੰਗਰ ਪਾਣੀ ਆ ਜਿਹੜਾ ਉਹ ਅਸੀਂ ਛਕ ਲਿਆ, ਸਾਰਾ ਕੁਛ ਹੈਗਾ ਪੂਰਾ ਓਕੇ। ਦੋਸਤੋ ਆਹ ਮੈਕ ਦੇ ਵਿੱਚ ਬਾਬਾ ਵੀ ਅਨਾਊਂਸਮੈਂਟ ਕਰ ਰਿਹਾ, ਉਹਦੇ ਵਿੱਚ ਵੀ ਤੁਸੀਂ ਸੁਣ ਸਕਦੇ ਹੋ ਜਿਹੜੀਆਂ ਅਨਾਊਂਸਮੈਂਟਾਂ ਹੋ ਰਹੀਆਂ ਨੇ, ਵੀ ਰਸਤਾ ਬੰਦ ਹੋ ਗਿਆ, ਐਂ ਹੋ ਗਿਆ ਜੀ, ਪੱਥਰ ਡਿੱਗ ਪਏ, ਪਹਾੜ ਡਿੱਗ ਪਏ, ਸਭ ਫੇਕ ਨੇ। ਰਸਤਾ ਪੂਰਾ ਖੁੱਲ੍ਹਾ ਹੈਗਾ, ਜਮ੍ਹਾਂ ਇੱਕ ਨੰਬਰ ਮਾਹੌਲ ਆ, ਸਾਰੇ ਜਾਈ ਜਾਂਦੇ ਨੇ। ਗੁਰੂ ਗੁਰਦੁਆਰਾ ਸਾਹਿਬ ਦੇ ਅਸੀਂ ਵਿੱਚ ਖੜ੍ਹੇ ਹਾਂਗੇ। ਗੱਲ ਕਰਦੇ ਨੇ ਵੀ ਰਸਤਾ ਬੰਦ ਹੋ ਗਿਆ, ਉਹ ਬਰਫ਼ ਕਰਕੇ ਬੰਦ ਹੋ ਗਿਆ ਸੀਗਾ। ਇਹ ਜਿਹੜਾ ਮੌਸਮ ਆ ਉੱਥੇ ਤੁਹਾਨੂੰ ਪਤਾ ਹੀ ਹੈ ਵੀ ਬਰਫ਼ ਪੈਂਦੀ ਰਹੀ। ਰਸਤਾ ਮਾੜਾ ਮੋਟਾ ਦੋ ਬੰਦ ਜਿਹੜਾ ਹੁੰਦਾ ਰਹਿੰਦਾ ਹੈਗਾ, ਰਸਤਾ ਓਪਨ ਹੋ ਜਾਂਦਾ, ਇਹੋ ਜਿਹੀ ਗੱਲ ਨਹੀਂ ਹੈਗੀ। ਰਸਤਾ ਖੁੱਲ੍ਹ ਜਾਂਦਾ ਘੰਟਾ ਦੋ ਘੰਟੇ ਬੰਦ ਰਹਿੰਦਾ ਹੈਗਾ, ਨਹੀਂ ਹੈਗਾ ਪਰਮਾਨੈਂਟ ਬੰਦ। ਰਸਤਾ ਖੁੱਲ੍ਹਾ ਹੈਗਾ, ਕੋਈ ਦਿੱਕਤ ਨਹੀਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਭੁਲੇਖੇ ਨਿਕਲ ਜਾਣ ਜਿਹੜੇ ਲੋਕਾਂ ਦੇ। ਬਾਬੇ ਨਾਲ ਬਾਕੀ ਅਸੀਂ ਗੱਲਬਾਤ ਕੀਤੀ ਸੀ, ਗਰੁੱਪ ਫੋਟੋ ਵੀ ਕੀਤੀ ਆ, ਸਿੰਗਲ ਫੋਟੋ ਵੀ ਕੀਤੀ ਆ, ਉਹ ਅਸੀਂ ਵੀਡੀਓ ਦੇ ਵਿੱਚ ਮੈਂਸ਼ਨ ਵੀ ਕਰਾਂਗੇ। ਬਾਕੀ ਬਾਬੇ ਵੀਡੀਓ ਆਉਣਗੀਆਂ ਆਪਣੀਆਂ, ਜਿਵੇਂ ਵੀ ਹੋਇਆ ਉਵੇਂ ਵੀਡੀਓ ਹੋਣਗੀਆਂ। ਬਲੌਗ ਨਾਲ ਬਣੇ ਰਹੋ, ਤੁੱਕੀ ਕੱਢ ਬਲੌਗ ਹੀ ਆ ਆਪਣੇ ਸਭ। ਅਸੀਂ ਨੰਗੇ ਪੱਥਰ ਤਾਂ ਤੋਂ ਦੋਸਤੋ ਡਿੱਗੇ ਹੋਏ ਨੇ, ਇਹਦੇ ਮਸ਼ੀਨ ਆ ਗਈ। ਰਸਤਾ ਹੈਗਾ ਪੂਰਾ ਐਡਵੈਂਚਰ ਭਰਿਆ, ਦੋਸਤੋ ਆਪਣੇ ਵਾਲਾ ਕੰਮ ਨਹੀਂ ਹੈਗਾ, ਬੱਸਾਂ ਨੂੰ ਭੀੜ ਦੇਣੀ, ਅਤੇ ਬੱਸ ਵੀ ਉਹ ਸ਼ਾਇਦ ਓਵਰ ਸਪੀਡ ਦਾ ਕਰਕੇ ਰੋਕਿਆ ਇਹਨੂੰ, ਅਤੇ ਕਾਗਜ਼ ਪੱਤਰ ਜਿਹੜਾ ਕਨੈਕਟਰ ਲੈ ਕੇ ਗਿਆ, ਅਤੇ ਦੇਖੋ ਕੀ ਬਣਦਾ ਅੱਗੇ ਗੱਲਬਾਤ। ਹਾਂਜੀ ਦੋਸਤੋ, ਜਿਹੜਾ ਚਲਾਨ ਸੀਗਾ ਉਹ ਤੋਂ ਤਾਂ ਵੱਜ ਕੇ ਫਿਲਹਾਲ ਰੋਕਿਆ ਸੀਗਾ ਪੁਲਿਸ ਵਾਲਿਆਂ ਨੇ। ਜਿਹੜਾ ਡਰਾਈਵਰ ਹੈਗਾ, ਡਰਾਈਵਰ ਦੇ ਵਰਦੀ ਨਹੀਂ ਸੀ ਪਾਈ, ਅਤੇ ਫਰੰਟ ਦੇ ਉੱਤੇ ਕਹਿੰਦੇ ਚਾਰ ਬੰਦੇ ਬੈਠੇ ਸੀਗੇ, ਅਤੇ ਦੋ ਬੰਦੇ ਬਹਾ ਸਕਦੇ ਹਾਂ ਆਪਾਂ ਮੂਹਰੇ, ਉਹਦਾ ਕਰਕੇ ਰੋਕਿਆ ਸੀਗਾ। ਅਤੇ ਬਾਕੀ ਤਾਂ ਅਵਤਾਰ ਸਿੰਘ ਸਰਾਹਲੀ ਬੈਠੇ ਨੇ। ਤਾਰੀ ਕਿਵੇਂ ਆ? ਠੀਕ ਆ। ਦੇਖ ਸਕਦੇ ਹੋ ਦੋਸਤੋ ਬਿਲਕੁਲ ਥੱਲੇ ਦੀ ਜਾ ਰਹੀ ਹੈ ਬਸ, ਪਹਾੜ ਦੇ ਉੱਪਰ ਵੀ ਪਹਾੜ ਥੱਲੇ ਜੀ, ਪਹਾੜ ਸਾਈਡ 'ਤੇ ਵੀ ਪਹਾੜ। ਪੂਰਾ ਖਤਰਨਾਕ ਮੂਡ ਆ ਫਿਲਹਾਲ। ਮਿੰਨੀ ਬੱਸ ਤੋਂ ਮੈਨੂੰ ਵੀ ਬਚਣਾ ਪੂਜੇ ਮੂਹਰੇ ਆ ਗਈ, ਕਿਉਂਕਿ ਇੱਥੇ ਦੋਸਤੋ ਓਵਰਟੇਕ ਵਾਸਤੇ ਜਗ੍ਹਾ ਨਹੀਂ ਹੈਗੀ। ਪਹਾੜ ਦੇਖ ਸਕਦੇ ਹੋ ਪੂਰੇ ਸੰਕਰੀ ਨੇ, ਡਿੱਗਣ ਨੂੰ ਤਿਆਰ ਹੀ ਨੇ ਸਾਰੇ। ਹੈਂ ਪਹਾੜ ਦੇ ਉੱਤੇ ਵੀ ਡਿੱਗੇ ਨਾ ਇਹ। Hold me close till I get up, time is barely on our side, I don't wanna waste what's left, the storms we chase are leading us, and love is all we'll ever trust.
दोस्तों नाल नाल जिहड़ी कुदरत दी खूबसूरती हैगी उह तुसीं देख सकदे हो। सड़क दे उत्ते जिहड़े पहाड़ ने साइडां ते जां उह दूर तुसीं पहाड़ देख सकदे हो, बद्दलां दे बिल्कुल विच बड़े हुए ने ते बहुत ही सोहना जिहड़ा दृश्य हैगा लग रिहा, बिल्कुल इक तरह पेंटिंग दी तरह बनाया हुआ है सारा ये। दोस्तों जो लैंडस्लाइड होंदी है एडे एडे पत्थर आ जिहड़े ਉਹ ਉੱਪਰੋਂ ਡਿੱਗਦੇ ਆ ਜਿਹਦੇ ਨਾਲ ਬਹੁਤ ਹੀ ਭਾਰੀ ਨੁਕਸਾਨ ਹੁੰਦਾ, ਦੇਖ ਸਕਦੇ ਹੋ ਤੁਸੀਂ। ਇਹ ਲੈਂਡਸਲਾਈਡ ਹੋਈ ਵੀ ਸੀ ਪਹਿਲਾਂ ਜੋ ਕਿ JCB ਨੇ ਚੱਕਤੀ। ਆ ਚੁੱਕਿਆ ਦੋਸਤੋ ਸੌਂਗ, ਇਹਦੇ ਵਿੱਚ ਹੀ ਅਸੀਂ ਬਾਹਰ ਜਾ ਰਹੇ ਹਾਂ ਦੇਖ ਸਕਦੇ ਹੋ। दोस्तों देख सकते हो तुम यह जे खतरनाक तरीके जोड़े मोड़ है इतने आते हैं, क्योंकि ड्राइवर कोई सावधानी ना चढ़ा तो बिल्कुल ही उपर न चढ़ाई है जी। दोस्तों जिहड़ा पहाड़ हैगा इहदी उचाई देख सकदे हो तुसीं, बहुत ही ज़्यादा बड़ा ते बहुत ही ज़्यादा उच्चा हैगा। बाकी दोस्तों तुसीं पहाड़ दी जिहड़ी उपरों शेप आ उह देख सकदे हो, बिल्कुल तकोणे आकार दा पहाड़ आ जिवें किसी इंसान ने बना के उपर धरिया हुंदा हैगा। थले मौत है ਜੇ ਵੀ ਪੁੱਛੇ ਥੱਲੇ ਹੀ ਆ ਸਾਡੇ ਦਾ ਮੌਤ ਹੈ। ਇਹਦੇ 'ਚ ਦੇਖ ਤੂੰ ਇੱਧਰ ਸਿੱਧਾ ਨਾ ਜਾ ਕੋ ਬੰਜੀ ਜੰਪ ਕਰਨ ਵਾਲੀ। ਦੋਸਤੋਂ ਦੇਖ ਸਕਦੇ ਤੁਸੀਂ ਜਿਹੜੇ ਥੱਲੇ ਘਰ ਤੁਹਾਨੂੰ ਪਹਿਲਾਂ ਦਿਖਾਈ ਗਈ ਵੀਡੀਓ ਦੇ ਵਿੱਚ ਹੋ ਰਹੇ, ਉੱਥੋਂ ਅਸੀਂ ਆਏ ਹਾਂ ਉੱਪਰ ਘੁੰਮ ਘੁੰਮ ਕੇ ਛੱਡਣ ਵਾਲੇ। ਅਜੇ ਦੋਸਤੋ ਹੋਰ ਉੱਪਰ ਚੜ੍ਹਨੀ ਹੈ ਬਸ। ਸਾਰੇ ਦੋਸਤੋ ਰਸਤੇ ਇੱਥੇ ਇੰਨੇ ਤੰਗ ਨੇ, ਆ ਪੱਥਰ ਤਾਂ ਤੋਂ ਡਿੱਗੇ ਹੋਏ ਨੇ ਅਤੇ ਗੱਡੀ ਜਮਾਂ ਨਾਲ ਨਾਲ ਦੀ ਲੰਘਦੀ ਹੈ। ਰੂਮਾਂ ਲਾਈ ਬੈਠਾ ਇਹ ਆ ਦੇ ਪਾਣੀ ਡਿੱਗੀ ਜਾਂਦਾ, ਉਹ ਮੋਟਰ ਨਹੀਂ ਚੱਲਦੀ ਇਹ। ਦੋਸਤੋ ਬੱਸ ਦੇ ਬ੍ਰੇਕਾਂ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ, ਮਸਾਂ ਹੀ ਰੁਕਦੀ ਹੈਗੀ। ਦੋਸਤੋ ਬਾਕੀ ਖੂਬਸੂਰਤੀ ਹੈ ਨਾ ਜਿਹੜੀ ਪਹਾੜਾਂ ਦੀ ਬਹੁਤ ਹੀ ਜ਼ਿਆਦਾ, ਅਤੇ ਪਹਾੜ ਜਿਹੜੇ ਉੱਤਰਾਖੰਡ ਦੇ ਵਿੱਚ ਨੇ ਜਿੰਨੇ ਵੀ ਇਹ ਬਹੁਤ ਹੀ ਜ਼ਿਆਦਾ ਉੱਚੇ ਪਹਾੜ ਨੇ ਅਤੇ ਬਹੁਤ ਸੋਹਣੇ ਲੱਗਦੇ ਨੇ ਜਦੋਂ ਉੱਥੋਂ ਬੰਦਾ ਲੰਘਦਾ ਹੈਗਾ, ਦੇਖ ਸਕਦੇ ਹੋ ਜਿਹੜੀ ਖੂਬਸੂਰਤੀ ਇਹਨਾਂ ਦੀ। ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੋਬਿੰਦ ਘਾਟ ਪਹੁੰਚ ਚੁੱਕੇ ਹਾਂ। ਟਾਈਮ ਕਿੰਨਾ ਹੋ ਗਿਆ ਮਨਦੀਪ? ਪੌਣੇ ਤਿੰਨ ਵੱਜ ਚੁੱਕੇ ਨੇ ਅਤੇ ਅਸੀਂ ਪਹੁੰਚ ਚੁੱਕੇ ਹਾਂ ਦੋਸਤੋ ਗੋਬਿੰਦ ਘਾਟ। ਹੇਮਕੁੰਡ ਸਾਹਿਬ ਹੈਗਾ ਇੱਥੋਂ 19 ਕਿਲੋਮੀਟਰ ਅਤੇ ਬਦਰੀਨਾਥ ਹੈਗਾ ਦੋਸਤੋ 25 ਕਿਲੋਮੀਟਰ ਅਤੇ ਦੋਨੇ ਥਾਵਾਂ ਗੀਆਂ ਜਿਹੜੀਆਂ ਅਸੀਂ ਘੁੰਮਾਂਗੇ। ਅਤੇ ਕਿਵੇਂ ਲੱਗਿਆ ਸਫ਼ਰ ਮਨਦੀਪ? ਜ਼ਿੰਦਗੀ ਦੇ ਵਿੱਚ ਲੌਂਗੈਸਟ ਜਰਨੀ ਹੋ ਮੇਰੀ ਬੱਸ ਦੇ ਵਿੱਚ, 8-9 ਘੰਟੇ ਹੋ ਗਏ ਮੈਨੂੰ ਹੁਣ। 9 ਘੰਟੇ ਹੋ ਗਏ, ਸਫ਼ਰ ਦਾ ਪੂਰਾ ਆਨੰਦ ਰਿਹਾ। 9 ਘੰਟੇ 15 ਮਿੰਟ ਮੌਸਮ ਠੰਡਾ ਸੀਗਾ ਤਾਂ ਕਰਕੇ ਪਤਾ ਨਹੀਂ ਚੱਲਿਆ, ਬੈਗ ਬਹੁਤ ਭਾਰੀ ਆ। ਤਾਂ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਬੜੀ ਔਖੀ ਹੈ ਨੱਤ ਦੀ।
दो तो बस दे विच जिहड़े सफ़र करदे सीगे सारे बंदे आ रहे ने हौली हौली पैदल। किवें रहा जी सफ़र तुहाडा, जमा एक नंबर आ? ठीक आ। क्यों अंकल जी किवें रहा सफ़र? ਅਸੀਂ ਤਾਂ ਬੁੜ ਕੇ ਬਹੁਤ ਪਿੱਛੇ ਬੈਠੇ ਸੀ। ਹਾਂਜੀ ਦੋਸਤੋ, ਅਸੀਂ ਗੁਰਦੁਆਰੇ ਵਾਲੇ ਰਾਹ ਦੇ ਉੱਤੇ ਚੱਲ ਜਾ ਰਹੇ ਹਾਂ ਵੀ ਗੋਬਿੰਦ ਘਾਟ, ਅਤੇ ਜਿਹੜਾ ਬਰਫ਼ ਆ ਗਈ ਇਹ ਚਾਰ ਸਪਰੇ ਦਿਖਾਈ ਦੇ ਰਹੀ ਆ, ਅਤੇ ਕੋਲ ਦੀ ਲੰਘਦੀ ਹੈ ਨਦੀ ਪੂਰੀ ਤੇਜ਼, ਅਤੇ ਗੱਡੀ ਵਾਲੇ ਨੇ ਚੱਕ ਲੈਣਾ ਸੀ ਮੈਨੂੰ। ਉਹ ਕੋਈ ਗੱਲ ਨਹੀਂ, ਹੋ ਜਾਂਦਾ ਕਿਤੇ ਕਿਤੇ, ਇਹੋ ਜਿਹੀ ਮਤਲਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ। ਮਨਦੀਪ ਦੇ ਮੂੰਹ ਦੇ ਉੱਤੇ ਹਲਕੀ ਸਮੈਲ, ਮਨਦੀਪ ਕੁਛ ਕਹਿਣਾ ਚਾਹੋਗੇ? ਬਾਕੀ ਸਾਰਾ ਕੁਛ ਹੈਗਾ ਓਕੇ। ਅਵਤਾਰ ਸਿੰਘ ਸਰਾਲੀ ਮਗਰ ਆਉਂਦੇ ਹੋਏ ਅਵਤਾਰ, ਦੇਖ ਸਕਦੇ ਹੋ ਦੋਸਤੋ ਕੋਲ ਦੀ ਜਿਹੜੀ ਰਿਵਰ ਆ ਗਈ ਉਹਦੀ ਆਵਾਜ਼ ਆ ਇੱਥੋਂ ਤੱਕ ਆਉਂਦੀ ਹੈ, ਸੈਂ ਸੈਂ ਦੀ ਪਾਣੀ ਦੀ ਆਵਾਜ਼। ਪਾਣੀ ਆ ਜਿਹੜਾ ਬਹੁਤ ਹੀ ਜ਼ਿਆਦਾ ਫਾਸਟ ਚੱਲਦਾ ਗਾ ਅਤੇ ਪੂਰਾ ਫੁੱਲ ਠੰਡਾ। ਅਤੇ ਅਸੀਂ ਗੁਰੂ ਘਰ ਪਹੁੰਚ ਚੁੱਕੇ ਹਾਂ ਗੋਬਿੰਦ ਘਾਟ। ਸੁਬਹਾ ਅਸੀਂ ਆਹ ਰਾਸਤੇ ਉੱਤੋਂ ਦੀ ਜਾਵਾਂਗੇ ਗੋਬਿੰਦ ਧਾਮ ਸ਼੍ਰੀ ਹੇਮਕੁੰਡ ਸਾਹਿਬ। ਬਾਕੀ ਜਿਹੜਾ ਵਿਊ ਹੈਗਾ ਦੇਖ ਸਕਦੇ ਹੋ ਤੁਸੀਂ, ਸੇਮ ਜਿਵੇਂ ਆਪਣਾ ਗੁਰਦੁਆਰਾ ਮਨੀਕਰਨ ਸਾਹਿਬ ਆ, ਉਹਦੇ ਵੀ ਇਸ ਰੋਡ ਪੁੱਲ ਬਣਿਆ ਹੋਇਆ, ਉੱਥੋਂ ਦੀ ਵੀ ਇੱਕ ਰਿਵਰ ਲੰਘਦੀ ਆ। ਉਹੀ ਗੱਲਬਾਤ ਇੱਥੇ ਆ, ਇੱਥੋਂ ਦੀ ਵੀ ਇੱਕ ਰਿਵਰ ਲੰਘਦੀ ਆ, ਅਤੇ ਉਹਦਾ ਸਾਊਂਡ ਵੀ ਐਵੇਂ ਹੀ ਸੁਣਦਾ। ਬਸ ਇਹ ਚੱਕਰ ਆਇਆ ਵੀ ਉਹ ਥੋੜ੍ਹੀ ਜਿਹੀ ਵੱਧ ਬਟਰ ਹੁੰਦਾ ਇਹਦੇ 'ਚ, ਥੋੜ੍ਹਾ ਜਿਹਾ ਘੱਟ ਬਟਰ ਆ। ਬਾਕੀ ਗੱਲਬਾਤ ਆ ਜਿਹੜੀ ਸਾਰੀ ਵਧੀਆ ਹੈਗੀ ਪੂਰੀ। ਅਤੇ ਇੱਧਰ ਜਿਹੜੇ ਸਰਧਾਲੂ ਵੀਰ ਆ ਉਹਨਾਂ ਦੀਆਂ ਮੋਟਰਸਾਈਕਲ ਖੜ੍ਹੇ ਨੇ ਲਾਈਨ ਦੇ ਵਿੱਚ, ਲਾਏ ਰਾਹ ਦੇ ਵਿੱਚ ਗੱਡੀਆਂ ਸੀ ਜਿੱਥੋਂ ਸਾਨੂੰ ਬੱਸ ਨੇ ਉਤਾਰਿਆ, ਉਹ ਤੋਂ ਤਕਰੀਬਨ 1 ਕਿਲੋਮੀਟਰ ਦੂਰ ਇਹ ਗੁਰੂ ਘਰ ਹੈਗਾ। ਗੁਰੂ ਘਰ ਦੇਖ ਸਕਦੇ ਹੋ, ਸ੍ਰੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਬਿੰਦ ਘਾਟ। ਇਹਨਾਂ ਦੀ ਨਾਲ ਹੀ ਦੋਸਤੋ ਡਿਸਪੈਂਸਰੀ ਬਣੀ ਹੋਈ ਆ। ਅਤੇ ਜਿਹੜੇ ਮੇਰੇ ਨਾਲ ਦੇ ਸਾਥੀ ਨੇ ਉਹ ਬੈਗ ਲੈ ਕੇ ਇੱਧਰ ਆ ਰਹੇ ਨੇ, ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ।